ਸਟੇਟ ਦੀਆਂ ਮੈਂਬਰਾਂ ਦੀਆਂ ਨਵੇਂ ਅਹੁਦੇਦਾਰੀਆਂ ਦੀ ਚੋਣ ਕੀਤੀ ਗਈ ਹੈ ਅਤੇ ਉਹਨਾਂ ਨੂੰ ਸਾਰੇ ਲੈਟਰ ਦਿੱਤੇ ਗਏ ਨੇ ਤਾਂ ਕਿ 2022 ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਹਾਈ ਲੈਵਲ 'ਤੇ ਕੰਮ ਕਰੇ ਅਤੇ ਜ਼ਮੀਨੀ ਸਤਰ 'ਤੇ ਵੀ ਕੰਮ ਕਰੇ। ਤਾਂ ਸਾਡੇ ਨਾਲ ਜੁੜੇ ਨੇ ਪਾਰਟੀ ਦੇ ਹਰੀਸ਼ ਸ਼ਰਮਾ ਜੀ ਜੋ ਸਟੇਟ ਪ੍ਰੈਜ਼ੀਡੈਂਟ ਨੇ, ਉਹ ਇਸ ਮੀਟਿੰਗ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਰੀਸ਼ ਸ਼ਰਮਾ, ਆਲ ਇੰਡੀਆ ਕਾਂਗਰਸ ਬ੍ਰਿਗੇਡ ਪੰਜਾਬ ਪ੍ਰਧਾਨ। ਅੱਜ ਬਠਿੰਡਾ ਆਉਣ ਦਾ ਮੈਨੂੰ ਮੌਕਾ ਮਿਲਿਆ, ਜਿੱਥੇ ਕਿ ਸਾਡੇ ਅਮਰੀਕ ਸਿੰਘ ਨੂੰ ਅਸੀਂ ਬਠਿੰਡਾ ਜ਼ਿਲ੍ਹਾ ਦੇ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਕਾਫੀ ਸਾਰੀ ਹੋਰ ਨਿਯੁਕਤੀਆਂ, ਜਨਰਲ ਸੈਕਟਰੀ ਅਸੀਂ ਇਹਨਾਂ ਨੂੰ ਬਣਾਇਆ ਹੈ। ਉੱਥੇ ਸਾਡੀ ਜਿਹੜੀ ਟੀਮ ਹੈ ਇੱਥੇ ਜਿਹੜੀ ਜ਼ਮੀਨੀ ਲੈਵਲ 'ਤੇ, ਜ਼ਮੀਨੀ ਸਤਰ 'ਤੇ ਜਿਹੜੀ ਕੰਮ ਕਰੇਗੀ। ਪਿਛਲੇ ਹਫ਼ਤੇ ਹਰੀਸ਼ ਰਾਵਤ ਜੀ ਸਾਡੇ ਪੰਜਾਬ ਇੰਚਾਰਜ, ਉਹਨਾਂ ਨੇ ਮੈਨੂੰ ਮੌਕਾ ਦਿਆ ਆਪਣੇ ਕੋਲ ਬੁਲਾ ਕੇ, ਸਾਡੀ ਜਿਹੜੀ ਪਾਰਟੀ ਦੀ ਹੈ ਨੀਤੀਆਂ ਬਾਰੇ ਦੱਸਣ ਵਾਸਤੇ ਪੰਜਾਬ ਦੀ ਜ਼ਿੰਮੇਵਾਰੀ ਲਾਈ ਹੈ ਵੀ ਮੈਂ ਜਿਹੜਾ ਜ਼ਮੀਨੀ ਲੈਵਲ 'ਤੇ ਜਾ ਕੇ ਸਾਰੀ ਕਾਂਗਰਸ ਦੀ ਜਿਹੜੀ ਵੋਟ ਹੈ ਪਿੰਡਾਂ ਵਿੱਚ ਜਾ ਕੇ ਘਰ ਘਰ ਹਰ ਬੰਦੇ ਨੂੰ ਜਿਹੜੀ ਸਾਡੀ ਨੀਤੀਆਂ ਉਹ ਦੱਸਣੀਆਂ ਨੇ ਅਤੇ ਜਿਹੜੀ 2022 ਦਾ ਮਿਸ਼ਨ ਹੈ ਸਾਡਾ, 2022 ਫਤਿਹ, ਉਹ ਅਸੀਂ ਕਰਾਂਗੇ। ਸਰ ਸਾਡਾ ਹੈਗਾ ਲੇਵਲ ਪਿੰਡੂ, ਜਿਹੜਾ ਸਾਡੇ ਨਾਲ ਨਹੀਂ ਜੁੜੀ ਸੀਗੀ ਵੋਟ, ਜਿਨ੍ਹਾਂ ਦੇ ਕੰਮ ਰਹਿ ਗਏ ਸੀਗੇ ਉਹਨਾਂ ਦੇ ਸਾਰੇ ਕੰਮ ਨਿਬੇੜ, ਉਹਨਾਂ ਦੇ ਕੰਮ ਕਰਾ ਕੇ ਅਸੀਂ ਜਿਹੜੀ ਹੈ ਦੁਬਾਰੇ 2022 'ਚ ਸਰਕਾਰ ਲਿਆਉਂਦੇ। ਸਾਡੇ ਨਾਲ ਜੁੜੇ ਨੇ ਨਰਿੰਦਰ ਜੀ ਜੋ ਅੰਮ੍ਰਿਤਸਰ ਤੋਂ ਪਹੁੰਚੇ ਨੇ। ਸਰ ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਕਾਂਗਰਸ ਬ੍ਰਿਗੇਡ ਪੰਜਾਬ ਵਾਈਸ ਪ੍ਰਧਾਨ ਨਰਿੰਦਰਪਾਲ ਸਿੰਘ ਭੰਗੂ, ਜੋ ਕਿ ਅੱਜ ਸਾਡੀ ਮੀਟਿੰਗ ਬਠਿੰਡੇ ਦੇ ਇਲਾਕੇ ਦੇ ਵਿੱਚ ਹੋਈ, ਉੱਥੇ ਦਿਹਾਤੀ ਪ੍ਰਧਾਨ ਔਰ ਸ਼ਹਿਰੀ ਪ੍ਰਧਾਨ ਅਸੀਂ ਨਿਯੁਕਤ ਕਰਨ ਵਾਸਤੇ ਸਾਡੇ ਪ੍ਰਧਾਨ ਜੀ ਹਰੀਸ਼ ਸ਼ਰਮਾ ਜੀ ਵੀ ਨਾਲ ਪਹੁੰਚੇ ਨੇ। ਇੱਥੇ ਜਿਹੜੇ ਆ ਸਾਡੇ ਕੁਛ ਲੋਕਲ ਬਾਡੀ ਬੰਦੇ ਜਿਨ੍ਹਾਂ ਦੇ ਨਾਲ ਅਸੀਂ ਬਹਿ ਕੇ ਇੱਥੇ ਮੀਟਿੰਗ ਕੀਤੀ, ਔਰ ਜਿਹੜੇ ਸਾਨੂੰ ਚੰਗੇ ਪਾਰਟੀ ਦੇ ਵਰਕਰ ਲੱਗੇ ਬੰਦੇ, ਅਸੀਂ ਉਹਨਾਂ ਨੂੰ ਅੱਗੇ ਸਨਮਾਨਿਤ ਕਰਕੇ ਅਤੇ ਜ਼ਿਲ੍ਹੇ ਦੇ ਜਿਹੜੇ ਪ੍ਰੈਜ਼ੀਡੈਂਟ ਲਾਇਆ, ਕਿਸੇ ਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ, ਬਾਕੀ ਜਿਹੜੇ ਅਸੀਂ ਹੋਰ ਜਿਹੜੇ ਅਹੁਦੇ ਰਹਿ ਗਏ ਨੇ ਉਹ ਵੀ ਗਾਂ ਜਲਦੀ ਤੋਂ ਜਲਦੀ ਨਿਯੁਕਤ ਕਰਾਂਗੇ। 2022 ਦੀਆਂ ਇਲੈਕਸ਼ਨਾਂ ਆਉਣ ਵਾਲੀਆਂ ਨੇ, ਉਹਨਾਂ ਵਾਸਤੇ ਅਸੀਂ ਆਪਣੀ ਤਿਆਰੀ ਕਰ ਰਹੇ ਹਾਂ। ਜਿਹੜੇ ਪਿੰਡ ਲੈਵਲ ਦੇ ਉੱਤੇ, ਹਲਕਿਆਂ ਲੈਵਲ ਦੇ ਉੱਤੇ ਵੀ ਆਪਾਂ ਨਿਯੁਕਤੀਆਂ ਕਰਾਂਗੇ ਅਤੇ ਜਿਹੜੇ ਲੋਕਾਂ ਦੇ ਕੰਮ ਕੁਛ ਰਹਿੰਦੇ ਬਕਾਇਆ ਨੇ ਉਹ ਲੋਕਾਂ ਦੇ ਕੰਮ ਕਰਾ ਕੇ ਆਪਾਂ ਨੂੰ ਲੋਕਾਂ ਨੂੰ ਨਾਲ ਜੋੜ ਕੇ ਅਤੇ 2022 ਦੀਆਂ ਇਲੈਕਸ਼ਨਾਂ ਜਿੱਤਾਂਗੇ। ਫਿਰ 2024 ਦੀਆਂ ਇਲੈਕਸ਼ਨਾਂ, ਰਾਹੁਲ ਗਾਂਧੀ ਜੀ ਸਾਡੇ ਜਿਹੜੇ ਨੇ ਬਹੁਤ ਹੀ ਮਿਹਨਤੀ ਔਰ ਬਹੁਤ ਹੀ ਵਧੀਆ ਇਨਸਾਨ ਨੇ, ਉਹਨਾਂ ਨੂੰ ਆਪਾਂ ਪ੍ਰਧਾਨ ਮੰਤਰੀ ਬਣਾਵਾਂਗੇ। ਜਿਹੜੀ BJP ਦੀ ਚੱਲ ਰਹੀ ਹੈ ਚਾਲ, 3 ਓਰਡੀਨੈਂਸ ਕਾਨੂੰਨ ਆ, ਕਿਸਾਨਾਂ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ, ਉਹਨਾਂ ਦੇ ਵਾਸਤੇ ਵੀ ਆਪਾਂ ਜਿਹੜੀ ਇੱਕ ਮੁਹਿੰਮ ਚਲਾਈ ਆ ਹਰ ਪੰਜਾਬ ਦੇ ਵਿੱਚ। ਸਾਡਾ ਇੱਕ ਅੱਜ ਜਿਹੜਾ ਰੋਸ ਧਰਨਾ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ, ਉਹ ਵੀ ਅਸੀਂ ਜਿਹੜਾ ਇਹਨਾਂ ਨੇ ਪੈਟਰੋਲ ਦਾ ਡੀਜ਼ਲ ਦਾ ਇੰਨਾ ਦਮ ਵਧਾ ਦਿੱਤਾ, ਉਹਦੇ ਵਾਸਤੇ ਵੀ ਅਸੀਂ ਉਹ ਪ੍ਰਦਰਸ਼ਨ ਕਰ ਰਹੇ ਹਾਂ। ਕਿਸਾਨਾਂ ਦੇ ਨਾਲ ਮਿਲ ਕੇ ਅਸੀਂ ਗਾਂ ਆਉਣ ਵਾਲੀ ਰਣਨੀਤੀ ਬਣਾਵਾਂਗੇ ਅਤੇ ਜਿਹੜਾ ਇਹਨਾਂ ਦਾ ਕਾਨੂੰਨ ਹੈ 3 ਉਹ ਅਸੀਂ ਵਾਪਸ ਕਰਾਵਾਂਗੇ ਅਤੇ ਬਾਕੀ ਸਾਡਾ ਜਿਹੜਾ ਸਮਰਥਨ ਹੈ ਕਿਸਾਨਾਂ ਦੇ ਨਾਲ ਰਹੇਗਾ। ਬਾਕੀ ਜਿਹੜੇ ਆ ਕੁਛ ਇਹਨਾਂ ਲੋਕਾਂ ਦੇ ਕੰਮ ਰਹਿੰਦੇ ਹੋਏ ਉਹ ਵੀ ਕੰਮ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।